ਕਿ ਪੰਜਾਬ ਸਰਕਾਰ ਅਤੇ ਵੱਖ ਵੱਖ ਸੁਸਾਇਟੀਆਂ ਵੱਲੋਂ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ। ਉੱਥੇ ਹੀ ਇਹ ਇੱਕ ਆਦਮੀ ਜੋ ਕਿ ਇੱਕ ਪਿੰਡ ਵਿੱਚ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ, ਇਸ ਵੱਲੋਂ ਵੀ ਇੱਕ ਉਪਰਾਲਾ ਕੀਤਾ ਗਿਆ ਹੈ ਜੋ ਕਿ ਵਿਧਵਾ ਔਰਤਾਂ ਨੂੰ ਰਾਸ਼ਨ ਦਿੱਤਾ ਗਿਆ। ਉੱਥੇ ਹੀ ਇਹਨਾਂ ਵੱਲੋਂ ਸਰਕਾਰ ਕੋਲੋਂ ਮੰਗ ਕੀਤੀ ਗਈ ਕਿ ਅਜਿਹਿਆਂ ਪਰਿਵਾਰਾਂ ਨੂੰ ਰਾਸ਼ਨ ਪਹਿਲ ਦੇ ਆਧਾਰ 'ਤੇ ਮਿਲਣਾ ਚਾਹੀਦਾ ਹੈ। ਤਰਨ ਤਾਰਨ ਤੋਂ ਗੁਰਪ੍ਰੀਤ ਸਿੰਘ ਭਗਤ ਦੀ ਰਿਪੋਰਟ। ਪਰਮਜੀਤ ਵੱਲੋਂ ਆਟਾ ਵਾ ਤੇ ਹੋਰ ਨਿਗਾ ਨਿਗਾ ਸੌਦਾ, ਖੰਡ, ਚਾਹ ਪੱਤੀ, ਜੋ ਵੀ ਘਰ ਵਿੱਚ ਵਰਤੀ ਦਾ। ਇੱਕ ਇਹ ਸੰਸਥਾ ਵੱਲੋਂ ਦਿੱਤਾ ਗਿਆ? ਹਾਂਜੀ ਹਾਂਜੀ। ਕੀ ਆ, ਕੀ ਨਾਮ ਭਾਜੀ? ਪਰਮਜੀਤ ਸਿੰਘ। ਕਿੱਥੋਂ ਦੇ ਰਹਿਣ ਵਾਲੇ? ਟੋਟੀਆਂ ਜੀ। ਕੀ ਉਪਰਾਲਾ ਕੀਤਾ ਗਿਆ ਤੁਹਾਡੇ? ਇਹ ਵੇਖੋ ਜੀ, ਮੈਂ ਕੋਈ ਦਾਨੀ ਨਹੀਂ ਆ ਅਤੇ ਮੈਂ ਕੋਈ ਤੁਹਾਡਾ ਸ਼ਾਹੂਕਾਰ ਨਹੀਂ ਆ, ਮੈਂ ਬਿਲਕੁਲ ਇੱਕ ਗਰੀਬ ਪਰਿਵਾਰ ਦਾ ਹਾਂ। ਅਤੇ ਇਹ ਦੋ ਉਪਰਾਲਾ ਕੀਤਾ ਗਿਆ ਕਿ ਜੋ ਮੇਰੀਆਂ ਭੈਣਾਂ ਨੇ ਵਿਧਵਾ ਹੋ ਚੁੱਕੀਆਂ ਨੇ, ਇਹਨਾਂ ਕੋਲ ਅਜੇ ਤੱਕ ਕੋਈ ਵੀ ਰਾਸ਼ਨ ਨਹੀਂ ਪਹੁੰਚਿਆ ਘਰੇਲੂ ਜਵਾਡਾ, ਅਤੇ ਇਹਨਾਂ ਨੂੰ ਭੈਣਾਂ ਨੂੰ ਵੇਖ ਕੇ ਮੈਨੂੰ ਥੋੜ੍ਹਾ ਦੁੱਖ ਹੋਇਆ। ਅਤੇ ਮੈਂ ਕਿਹਾ ਕਿਉਂ ਨਾ ਸੇਵਾ ਕੀਤੀ ਜਾਵੇ ਇਹਨਾਂ ਦੀ। ਇਹ ਜੋ ਸਮਾਜ, ਜੋ ਮੈਂ ਮੋਦੀ ਜੀ ਦਾ ਵੀ ਅਤੇ ਕੈਪਟਨ ਦਾ ਵੀ ਸ਼ੁਕਰੀਆ ਕਰਦਾ ਕਿ ਉਹਨਾਂ ਦਾ ਵੀ ਸਾਨੂੰ ਸਾਥ ਦੇਣਾ ਚਾਹੀਦਾ ਵਾ, ਮੋਦੀ ਜੀ ਹੋਣਾ ਦਾ ਵੀ, ਕੈਪਟਨ ਜੀ ਹੋਣਾ ਦਾ ਵੀ, ਕਿ ਸਾਨੂੰ ਲੋਕਾਂ ਨੂੰ ਇਸ ਲਈ ਜੋ ਸਾਡਾ ਦੇਸ਼ ਹੈ ਬੜੀ ਇੱਕ ਗੰਭੀਰਤਾ ਦੇ ਫਸਿਆ ਹੋਇਆ ਹੈ, ਅਤੇ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ। ਜੇ ਮੇਰਾ ਵੀਰ ਭਰਾ ਕੋਈ ਸਹਿੰਦਾ ਹੈ ਨਾ ਥੋੜ੍ਹਾ, ਤਾਂ ਉਹ ਵੀ ਜੋ ਲੋੜਵੰਦ ਲੋੜ ਨੇ ਉਹਨਾਂ ਦੀ ਲੋੜ ਪੂਰੀ ਕੀਤੀ ਜਾਵੇ। ਇਕੱਤਰਤਾ ਤੁਸੀਂ ਵੇਖ ਰਹੇ ਹੋ, ਜੋ ਸਮਾਂ ਚੱਲ ਰਿਹਾ ਵਾ, ਆਪਣੀ ਮਹਾਂਮਾਰੀ ਜਿਹੜੀ ਆ ਭਾਰਤ ਦੇ ਸਾਰੀ ਦੁਨੀਆ ਵਿੱਚ ਫੈਲੀ ਹੋਈ ਆ, ਉਹਦੇ ਸੰਬੰਧ ਵਿੱਚ ਜਿਹੜੇ ਵੀ ਪਹੁੰਚ ਕਰਨ ਵਾਲੇ ਵੀਰ ਆ, ਭੈਣ ਆ, ਭਰਾ ਆ, ਜਿਨ੍ਹਾਂ ਕੋਲ ਸਰਮਾਇਆ ਆ, ਉਹ ਇੱਕ ਦੂਜੇ ਦੀ ਹੈਲਪ ਕਰ ਰਹੇ ਆ। ਇਸੇ ਤਰ੍ਹਾਂ ਹੀ ਪਿੰਡ ਟੋਟਿਆਂ ਵਿੱਚ ਪਰਮਜੀਤ ਸਿੰਘ ਪੰਮੀ ਜੋ ਕਿ ਇੱਕ ਛੋਟੇ ਜਿਹੇ ਦੁਕਾਨਦਾਰ ਆ, ਦੁਕਾਨ ਚਲਾਉਂਦੇ, ਇਹਨਾਂ ਜਿਹੜੇ ਮੈਂ ਭੈਣਾਂ ਅਤੇ ਬੀਬੀਆਂ ਮਾਤਾਵਾਂ ਇਹਨਾਂ ਨੂੰ ਆਪਣਾ ਹੱਕ ਹਲਾਲ ਦੀ ਕਮਾਈ 'ਚੋਂ ਰਾਸ਼ਨ ਦੇ ਕੇ ਉਹਨਾਂ ਦੀ ਹੈਲਪ ਕੀਤੀ ਜਾ ਰਹੀ ਆ। ਇੱਦਾਂ ਹੀ ਮੈਂ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਕਰਦਾ ਵਾਂ ਕਿ ਜਿਹੜਾ ਵੀ ਅਪਰੋਚ ਦੇ ਵਿੱਚ ਹੈਗਾ ਵਾ, ਉਹ ਬੰਦਾ ਇੱਦਾਂ ਇੱਕ ਦੂਜੇ ਦੀ ਹੈਲਪ ਕਰੇ। ਔਰ ਆਪਣੇ ਇਲਾਕੇ ਦੇ ਵਿਧਾਇਕ ਅਤੇ ਪਿੰਡ ਦੀ ਪੰਚਾਇਤਾਂ ਨੂੰ ਇਹ ਵੀ ਬੇਨਤੀ ਕਰਦਾ ਵਾਂ ਕਿ ਜਿਹੜੇ ਮਤਲਬ ਕਿ ਹਾਲੇ ਤੱਕ ਲੋਕਾਂ ਦੇ ਕੋਲ ਰਾਸ਼ਨ ਨਹੀਂ ਪਹੁੰਚਿਆ, ਉਹਨਾਂ ਨੂੰ ਰਾਸ਼ਨ ਪਹੁੰਚਾਇਆ ਜਾਵੇ। ਵਾਰੀ ਵਾਰੀ ਪਹਿਲ ਦੇ ਆਧਾਰ 'ਤੇ ਉਹਨਾਂ ਲੋਕਾਂ ਨੂੰ ਰਾਸ਼ਨ ਪਹੁੰਚਾਇਆ ਜਾਣਾ ਚਾਹੀਦਾ ਵਾ ਜਿਨ੍ਹਾਂ ਦੇ ਕੋਲ ਇੱਕ ਟਾਈਮ ਦਾ ਆਟਾ ਵੀ ਹੈਨੀ ਖਾਣ ਵਾਸਤੇ, ਚਾਹ ਬਣਾਉਣ ਵਾਸਤੇ ਖੰਡ ਪੱਤੀ ਵੀ ਹੈਨੀ ਗੀ। ਇੱਦਾਂ ਦੇ ਪਰਿਵਾਰ ਚੁਣੇ ਜਾਣ ਅਤੇ ਸਾਡੇ ਮੈਂਬਰਾਂ ਦੀ ਡਿਊਟੀ ਬਣਦੀ ਆ ਕਿ ਉਹ ਚੁਣਨ, ਇੱਦਾਂ ਦੇ ਪਰਿਵਾਰ ਜ਼ਰੂਰ ਵੇਖਣ ਆ ਕੇ, ਆਪ ਲਿਸਟ ਬਣਾਉਣ, ਉਹਨਾਂ ਨੂੰ ਦੇਣ, ਕਿਉਂਕਿ ਰਾਸ਼ਨ ਦੇਣ ਆਉਂਦੇ ਇੱਕ ਵੱਡੇ ਉਹ ਸਾਰੇ ਹੀ ਆ, ਕਈਆਂ ਦਾ ਸਰਦਾ ਵਾ, ਕਈਆਂ ਦਾ ਨਹੀਂ ਵੀ ਸਰਦਾ ਤਕਰੀਬਨ। ਅਤੇ ਜਿਹੜਾ ਆਹ ਟਾਈਮ ਚੱਲਣ ਡਿਆ, ਕਿਸੇ ਦੇ ਕੋਲ ਦਿਹਾੜੀ ਨਹੀਂ ਹੈਗੀ, ਕੰਮ ਨਹੀਂ ਹੈਗਾ, ਸਾਰੇ ਹੀ ਆਪਣੇ ਕੰਮ ਤੋਂ ਵਾਂਝੇ ਹੋ ਕੇ ਬੈਠੇ ਆ।